ਵਾਹ ਜੀ ਵਾਹ ਕੀ ਬਾਤ ਸੂਜੀ ਦਾ ਪ੍ਰਸ਼ਾਦ ਬਣ ਗਿਆ ਜੀ ਮੈਂ ਕਹਿੰਦਾ ਜਮੇ ਬਾਕਮਾਲ ਹੈ ਬਿਨਾ ਘਿਓ ਤੋਂ ਤਿਆਰ ਹੋਇਆ ਜੀ ਤੁਸੀਂ ਵੀ ਆਪਦੇ ਘਰੇ ਐਸੇ ਤਰੀਕੇ ਨਾਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਖੋਪੇ ਨੂੰ ਕੱਟ ਲੈਨੇ ਆਂ ਬਾਹਲਾ ਆਪਾਂ ਪਾਉਂਦੇ ਨੇ ਕਿ ਥੋੜਾ ਜਿਹਾ ਆਪਾਂ ਪਾਵਾਂਗੇ ਪਾਣੀ ਦੇ ਵਿੱਚ ਆਪਾਂ ਇਹਦੇ ਛੋਟੇ ਛੋਟੇ ਪੀਸ ਕਰ ਲੈਨੇ ਆਂ ਜਿਹੜੇ ਲੋਕਾਂ ਨੂੰ ਜੀ ਦਿੱਕਤ ਹੈ ਲੀਵਰ ਦੇ ਵਿੱਚ ਦਿੱਕਤ ਹੋ ਜਾਂਦੀ ਹੈ ਜਿਹੜੇ ਲੋਕਾਂ ਦਾ ਘਿਓ ਬੰਦ ਹੁੰਦਾ ਡਾਕਟਰ ਕਹਿੰਦਾ ਵੀ ਤੁਹਾਡਾ ਲੀਵਰ ਹੈ ਜਿਹੜਾ ਉਹ ਫੈਟੀ ਹੋ ਗਿਆ ਤੁਸੀਂ ਘਿਓ ਵਾਲਾ ਖਾਣਾ ਨਹੀਂ ਤਾਂ ਤੁਸੀਂ ਜੀ ਆਹ ਸਵਾਦ ਵੀ ਲੈ ਸਕਦੇ ਹੋ ਸੂਜੀ ਦੇ ਪ੍ਰਸ਼ਾਦ ਦਾ ਤੇ ਤੁਹ ਤਾਂ ਕਿ ਤੁਹਾਡੇ ਵਾਸਤੇ ਖੋਪਾ ਆਪਾਂ ਨੇ ਕੱਟ ਲਿਆ ਇਸ ਤੋਂ ਬਾਅਦ ਆਪਾਂ ਬਦਾਮਾਂ ਦੇ ਟੁਕੜੇ ਕਰ ਲਾਂਗੇ ਛੋਟੇ ਛੋਟੇ ਤੇ ਆਪਾਂ ਨੂੰ ਥੋੜੇ ਜਿਹਾ ਕਾਜੂ ਚਾਹੀਦੇ ਨੇ ਇਹ ਸਾਰਾ ਟੇਸਟ ਹੈ ਜਿਹੜਾ ਘੈਂਟ ਬਣ ਜੂਗਾ ਇਸ ਤੋਂ ਬਾਅਦ ਆਪਾਂ ਨੂੰ ਦਾਖਾਂ ਚਾਹੀਦੀਆਂ ਨੇ ਚਾਰ ਪੰਜ ਆਪਾਂ ਇਹਦੇ ਵਿੱਚ ਦਾਖਾਂ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਧੋ ਲਾਂਗੇ ਜੀ ਇਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੈ ਜੀ ਸੂਜੀ ਸੂਜੀ ਨੂੰ ਆਪਾਂ ਇੱਕ ਵਾਰੀ ਜਿਹੜੀ ਆਟਾ ਛਾਨਣਾ ਨਿਸ਼ਾਨਣੀ ਹੁੰਦੀ ਹੈ ਉਹਦੇ ਵਿੱਚੋਂ ਦੀ ਆਪਾਂ ਇਹਨੂੰ ਲੰਘਾ ਲੈਨੇ ਆ ਤਾਂ ਕਿ ਜਿਹੜੀ ਇਹ ਕੋਈ ਇਹਦੇ ਵਿੱਚ ਕੋਈ ਚੀਜ਼ ਹੈ ਉਹ ਨਾ ਰਹਿ ਜੇ ਸਿਲੰਡਰ ਆਪਣਾ ਚੱ ਖਣਾ ਸਭ ਤੋਂ ਵੱਡਾ ਜੇ ਤੁਸੀਂ ਬਿਨਾ ਕਿਉ ਤੋਂ ਪ੍ਰਸ਼ਾਦ ਤਿਆਰ ਕਰਨਾ ਹੈ ਸੂਜੀ ਦਾ ਤਾਂ ਤੁਸੀਂ ਇਹਨੂੰ ਹਲਾਉਂਦੇ ਰਹਿਣਾ ਹੈ ਹਲਕਾ ਹਲਕਾ ਕੜਛੀ ਨਾਲ ਇਨੀ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਇਹ ਨਾ ਹੋਵੇ ਵੀ ਕਿਤੇ ਕਿਉ ਵਾਲਾ ਸਾਹਿਬ ਸਮਝ ਕੇ ਤੁਸੀਂ ਇਹਨੂੰ ਰੱਖ ਕੇ ਕਿਤੇ ਚੱਲ ਜਿਓ ਜਾਂ ਤੁਸੀਂ ਕੜਛੀ ਨਾ ਮਾਰੋ ਲਗਾਤਾਰ ਇਹਨੂੰ ਹਲਾਉਂਦੇ ਰਹਿਣਾ ਜਿੰਨਾ ਟਾਈਮ ਤੱਕ ਇਹ ਤਿਆਰ ਨਹੀਂ ਹੁੰਦਾ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਆਹ ਲਓ ਜੀ ਰੰਗ ਦੇ ਦੇ ਜਿਹੜਾ ਥੋੜਾ ਜਿਹਾ ਚੇਂਜ ਹੋਣ ਲੱਗ ਗਿਆ ਪੂਰਾ ਜਦੋਂ ਚੰਗੇ ਤਰੀਕੇ ਨਾਲ ਜਿਹੜੀ ਸੂਜੀ ਆਪਣੀ ਸਾਰੀ ਉਹ ਬ੍ਰਾਊਨ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਅਗਲਾ ਪ੍ਰੋਸੈਸ ਹੈ ਚ ਪਾਣੀ ਐਡ ਕਰ ਦੰਨੇ ਆ ਸਿੱਧਾ ਠੀਕ ਹੈ ਆ ਲੋ ਜੀ ਪਾਣੀ ਆਪਾਂ ਇਹਦੇ ਵਿੱਚ ਐਡ ਕਰਤਾ ਨਾਲ ਨਾਲ ਆਪਾਂ ਘਮਾ ਕੇ ਸਾਰੇ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਪਕਾਉਂਦੇ ਰਵਾਂਗੇ ਸਾਰਾ ਪਾਣੀ ਜਦੋਂ ਤੱਕ ਖਤਮ ਨਹੀਂ ਹੁੰਦਾ ਉਨਾ ਟਾਈਮ ਆਪਣੀ ਕੜਛੀ ਤੇ ਸਿਲੰਡਰ ਦੋਨੇ ਚੀਜ਼ਾਂ ਚੱਲੀ ਜਾਣਗੀਆਂ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆ ਐਡ ਕਰ ਦੰਨੇ ਆ ਜਿਹੜੇ ਆਪਣੇ ਕਾਜੂ ਬਦਾਮ ਦਾ ਆਖਾ ਸਾਰਾ ਕੁਸ ਇਹਦੇ ਵਿੱਚ ਪਾਇਆ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾ ਲੈਨੇ ਆ ਘਮਾ ਲੈਨੇ ਆ ਮਿਕਸ ਕਰ ਲੈਨੇ ਆ ਕਲਰ ਦੇਖ ਲਓ ਤੁਸੀਂ ਹੁਣ ਚੇਂਜ ਹੋਣਾ ਸ਼ੁਰੂ ਹੋ ਗਿਆ ਲਗਾਤਾਰ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਕੜਛੀ ਹਿਲਾਉਂਦੇ ਰਹਿਣਾ ਤਾਂ ਕਿ ਸਾਰਾ ਪਾਣੀ ਹੈ ਜਿਹੜ ਮਿੱਠਾ ਐਡ ਕਰ ਲਾਂਗੇ ਖੰਡ ਆਪਾਂ ਐਡ ਕਰ ਲਾਂਗੇ ਉਹ ਤੁਹਾਡੀ ਮਰਜ਼ੀ ਹੈ ਕੋਈ 슈ਗਰ ਵਾਲਾ ਮਰੀਜ਼ ਹੈ ਘੱਟ ਖਾਂਦਾ ਜਾਂ ਨਹੀਂ ਖਾਂਦਾ ਤਾਂ ਨਾ ਪਾਓ ਕੋਈ ਚੱਕਰ ਨਹੀਂ ਹੈਗਾ ਬਸ ਇਹ ਬਿਨਾ ਘਿਓ ਵਾਲੀ ਆਈਟਮ ਹੈ ਜ਼ੀਰੋ ਕੁਕਿੰਗ ਆਇਲ ਤੇ ਤਿਆਰ ਹੋਈ ਹੈ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਲੋਕਾਂ ਨੂੰ ਦਿੱਕਤ ਆਉਂਦੀ ਹੈ ਨਾ ਬਹੁਤ ਜ਼ਿਆਦੇ ਬੀਰ ਤੇਲ ਘਿਓ ਵਾਲਾ ਕੋਈ ਚੀਜ਼ ਖਾ ਕੇ ਸਾਨੂੰ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਆ ਤਾਂ ਜੀ ਪਾਣੀ ਦੇ ਵਿੱਚ ਸੂਜੀ ਦਾ ਪ੍ਰਸ਼ਾਦ ਤਿਆਰ ਕਰਤਾ ਜਮਾਂ ਨਵੀਂ ਤਕਨੀਕ ਨਾਲ ਕਰਿਆ ਵੀਡੀਓ ਇੰਨੀ ਜ਼ਿਆਦਾ ਸ਼ੇਅਰ ਕਰੋ ਵੀ ਹਰੇਕ ਘਰ ਦੀ ਰਸੋਈ ਦੇ ਵਿੱਚ ਇਹ ਜਿਹੜੀ ਤਕਨੀਕ ਹੈ ਇਹ ਪਹੁੰਚਣੀ ਚਾਹੀਦੀ ਹੈ ਜ਼ੀਰੋ ਕੁਕ ਨਿਗਾਹ ਮਾਰ ਕੇ ਦੇਖ ਲਿਓ ਤੇ ਕਿਸੇ ਨੂੰ ਬਣਾ ਕੇ ਖਵਾ ਕੇ ਦੇਖ ਲਿਓ ਜੇ ਉਹਨੇ 1% ਵੀ ਇਹਦੇ ਵਿੱਚ ਨੁਕਸ ਕਰਤਾ ਤਾਂ ਕਹਦੇ ਹੋ ਤੁਸੀਂ ਸਗੋਂ ਦੀ ਉਹ ਖਾਣ ਤੋਂ ਬਾਅਦ ਇਹ ਕਹਿਣਗੇ ਵੀ ਆਰ ਸਾਡਾ ਜਿਹੜਾ ਪੇਟ ਉਹ ਬਿਲਕੁਲ ਹਲਕਾ ਹਲਕਾ ਮਹਿਸੂਸ ਹੋ ਰਿਹਾ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕੁਝ ਖਾਧਾ ਹੈ ਕਿਉਂਕਿ ਜਦੋਂ ਬਾਹਲਾ ਬੇਥ ਆ ਆਪਾਂ ਕਿਉਂ ਸਿੱਟ ਦੰਨਿਆਂ ਵਿੱਚ ਤਾਂ ਵੀ ਗੱਲ ਨਹੀਂ ਬਣਦੀ ਉਹ ਵੀ ਸਰੀਰ ਵਾਸਤੇ ਮਾੜੀਆਂ ਨੇ ਚੀਜ਼ਾਂ ਆਹ ਲਓ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਆ ਉਸ ਤੋਂ ਬਾਅਦ ਠੰਡਾ ਕਰਕੇ ਕੋਈ ਮਹਿਮਾਨ ਆਏ ਨੇ ਆਪਾਂ ਉਹਨਾਂ ਨੂੰ ਖਵਾ ਸਕਦੇ ਆ ਬੱਚਿਆਂ ਨੂੰ ਖਵਾ ਸਕਦੇ ਆ ਆਪ ਖਾ ਸਕਦੇ ਇੱਕ ਵਾਰੀ ਘਰੇ ਟਰਾਈ ਕਰਕੇ ਬਣਾ ਕੇ ਤੁਸੀਂ ਸੂਜੀ ਦਾ ਪ੍ਰਸ਼ਾਦ ਬਣਾ ਕੇ ਉਹ ਤੋਂ ਖਾ ਕੇ ਦੇਖਿਓ ਤੁਹਾਨੂੰ ਕਿੰਨਾ ਆਰਾਮ ਮਿਲੂਗਾ